ਹੈਲੋ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਤੇ ਅੱਜ ਵਾਲਾ ਵਲੌਗ ਥੋੜ੍ਹਾ ਜਿਹਾ ਇੰਟਰਸਟਿੰਗ ਹੋਣ ਵਾਲਾ ਵਾ ਕਿਉਂਕਿ ਇਹ ਆਪਾਂ ਟਰੈਵਲਿੰਗ ਵਲੌਗ ਬਣਾਉਣ ਲੱਗੇ ਹਾਂ। ਤੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਐਂਡ 'ਤੇ ਦੱਸਾਂਗੇ ਕਿ ਆਪਾਂ ਕਿੱਥੇ ਜਾ ਰਹੇ ਹਾਂ, ਪਰ ਉਦੋਂ ਤੱਕ ਆਪਾਂ ਇਹ ਸਸਪੈਂਸ ਰੱਖਾਂਗੇ। ਤੇ ਤੁਹਾਡੇ ਸਾਰਿਆਂ ਨਾਲ ਮੈਂ ਅੱਜ ਹੋਰ ਗੱਲ ਕਰਨੀ ਹੈ ਕਿ ਤੁਸੀਂ ਸਾਰੇ ਜਣੇ ਵੀਡੀਓ ਦਾ ਦੇਖ ਲੈਂਦੇ ਹਾਂ ਪਰ ਸਬਸਕ੍ਰਾਈਬ ਕਰਨਾ ਚੈਨਲ ਨੂੰ ਭੁੱਲ ਜਾਂਦੇ ਹਾਂ। ਤੇ ਹੁਣੇ ਪਹਿਲਾਂ ਜਾ ਕੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਨਾਲ ਨਾਲ ਵੀਡੀਓ ਨੂੰ ਵੀ ਇੰਜੋਏ ਕਰੋ। ਤੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਗੱਡੀ ਨੂੰ ਧੋਣਾ ਵੀ ਬਹੁਤ ਜ਼ਰੂਰੀ ਆ, ਆਪਣੇ ਨਹਾਉਣ ਤੋਂ ਪਹਿਲਾਂ ਵੀ ਗੱਡੀ ਨੂੰ ਧੋਣਾ ਜ਼ਿਆਦਾ ਜ਼ਰੂਰੀ ਆ। ਅਤੇ ਮੁੰਡੇ ਡੱਡੇ ਹੋਏ ਆ, ਗੱਡੀ ਧੋ ਰਹੇ ਆ ਪੂਰੀ ਜ਼ੋਰਾਂ ਸ਼ੋਰਾਂ ਦੇ ਨਾਲ। ਅਤੇ ਮੈਨੂੰ ਵੀ ਲੱਗਦਾ ਮੈਦਾਨ 'ਚ ਉਤਰਨਾ ਹੀ ਪੈਣਾ, ਇਕੱਲੇ ਤੋਂ ਬੰਨੀ ਨਹੀਂ ਗੱਲ ਇਹਤੋਂ। ਵਾਹਵਾ ਹੀ ਗੱਡੀ ਗੰਦੀ ਹੋਈ ਪਈ ਆ, ਕੱਲ੍ਹ ਵੀ ਆਪਾਂ ਇੱਕ ਲੰਬਾ ਰੂਟ ਕੱਢਿਆ ਸੀ ਅਤੇ ਵਾਹਵਾ ਲਿਬੜ ਲੁਬੜ ਗਈ ਗੱਡੀ, ਅਤੇ ਹੁਣ ਇਹਨੂੰ ਆਪਾਂ ਚਪਕਾਉਂਦੇ ਹਾਂ। ਚੰਗੀ ਤਰ੍ਹਾਂ ਮਾਰ ਯਾਰ ਕੱਪੜਾ ਟਾਇਰਾਂ 'ਚ, ਰਹਿਣਾ ਚਾਹੇ ਕੋਈ ਦਾਗ, ਵੀਲਾਂ 'ਚ ਵੀ ਮਾਰ ਕੱਪੜਾ, ਉਧਰਲੀ ਸਾਈਡ ਹੋ ਗਏ। ਮੈਟ ਧੋਣੇ ਆ, ਮੈਟ ਧੋ ਦਈਏ ਯਾਰ, ਮੈਟ ਵੀ ਗੰਦੇ ਬਹੁਤ ਹੋਏ ਆ। 2000 years later. ਫਾਈਨਲੀ ਆਪਾਂ ਤਾਮਾ ਜਾਮਾ ਕਰ ਲਿਆ ਸੈੱਟ ਅਤੇ ਜੋੜਨ ਜੋੜਨ ਗੱਭਰੂ ਨੇ ਕਰਾਈ ਪਈ ਆ। ਹੁਣ ਆਪਾਂ ਨਿਕਲਣ ਲੱਗੇ ਹਾਂ ਘਰੋਂ ਅਤੇ ਤੁਹਾਡੇ ਲਈ ਰੱਖਾਂਗੇ ਥੋੜ੍ਹਾ ਜਿਹਾ ਸਸਪੈਂਸ, ਬਣੇ ਰਹੋ ਵਲੌਗ ਦੇ ਨਾਲ। ਐਂਡ ਤੁਹਾਨੂੰ ਦਿਖਾਉਂਦੇ ਹਾਂ ਅਤੇ ਅੱਜ ਆਪਾਂ ਕਿੱਥੇ ਕਿੱਥੇ ਵਿਜ਼ਿਟ ਕਰਨਾ ਆ। ਅਤੇ ਹੋਪ ਆ ਕਿ ਤੁਸੀਂ ਸਾਰੇ ਜਣੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰੋਗੇ ਚੈਨਲ ਨੂੰ ਅਤੇ ਤੁਹਾਨੂੰ ਵਧੀਆ ਵੀ ਲੱਗਦਾ ਹੋਊਗਾ ਵਲੌਗ। ਅਤੇ ਜੇ ਵਧੀਆ ਲੱਗਦਾ ਪਿਆ ਵਲੌਗ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਅਤੇ ਆਓ ਚੱਲਦੇ ਹਾਂ। ਏ ਫਿਊ ਮੋਮੈਂਟਸ ਲੇਟਰ, ਟਾਈਮ ਹੋ ਚੁੱਕਿਆ ਵਾ 10:30 ਹੋਣ ਦੇ ਵਿੱਚ, 10 ਮਿੰਟ ਰਹਿ ਗਏ ਆ ਅਤੇ ਆਪਾਂ ਗੱਡੀ ਪਾ ਦਿੱਤੀ ਆ ਰੋਡ ਦੇ ਉੱਤੇ। ਅਤੇ ਹੁਣ ਆਪਾਂ ਜਾਣਾ ਵਾ, ਇਹ ਤੁਹਾਨੂੰ ਹਜੇ ਨਹੀਂ ਦੱਸਾਂਗੇ ਕਿੱਥੇ ਜਾਣਾ ਵਾ, ਬਣੇ ਰਹੋ ਵਲੌਗ ਦੇ ਨਾਲ ਸਾਰਾ ਕੁਛ ਜਾਣਨ ਦੇ ਲਈ ਆਪਾਂ ਕਿੱਥੇ ਕਿੱਥੇ ਜਾਂਦੇ ਹਾਂ। ਐਂਡ ਮੌਸਮ ਵੀ ਹੋਇਆ ਪਿਆ ਘੈਂਟ ਅਤੇ ਗੱਡੀ ਵੀ ਕਹਿੰਦੇ 60 ਤੋਂ ਥੱਲੇ ਹੀ ਹਜੇ ਆਪਾਂ ਚਲਾ ਰਹੇ ਹਾਂ ਕਿਉਂਕਿ ਇਹ ਰੋਡ ਹੈਗਾ ਛੋਟਾ। ਮਾਸਕ ਹੋ ਗਿਆ ਕਹਿੰਦੇ ਜ਼ਰੂਰੀ ਕਿਉਂਕਿ ਚਲਾਣ ਭੁਗਤਣ ਨਾਲੋਂ ਆਪਾਂ ਨੂੰ ਇਹ ਚੰਗਾ ਵਾ ਕਿ ਮਾਸਕ ਪਾ ਕੇ ਰੱਖੋ ਕਿਉਂਕਿ ਇੱਥੇ ਤੁਹਾਨੂੰ ਪਤਾ ਵਾ ਕਿ ਪੁਲਿਸ ਵਾਲੇ ਚਲਾਣ ਕੱਟਣ ਲੱਗੇ ਆ, 2 ਮਿੰਟ ਲਾਉਂਦੇ ਆ। ਬਾਕੀ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਰਸਤੇ ਦੇ ਵਿੱਚ ਕੀ ਕੀ ਕਰਦੇ ਹਾਂ, ਥੋੜ੍ਹਾ ਜਿਹਾ ਫਨੀ ਵੀ ਹੋਊਗਾ ਵਲੌਗ। ਪਰ ਐਂਡ ਦੇ ਉੱਤੇ ਥੋੜ੍ਹਾ ਜਿਹਾ ਤੁਹਾਨੂੰ ਆਪਾਂ ਇੱਕ ਧਾਰਮਿਕ ਸਥਾਨ ਆ ਬਹੁਤ ਹੀ ਮਸ਼ਹੂਰ, ਉੱਥੇ ਵੀ ਲੈ ਕੇ ਚੱਲਾਂਗੇ। ਕਿੰਨੇ ਦਾ ਪਾਉਣਾ? 800 ਦਾ ਪਾ ਦਈ ਆ। ਘੰਟੇ ਦੇ ਵਿੱਚ ਆਪਾਂ ਗੱਡੀ ਲਾਤੀ ਆ ਜੀ ਅੰਮ੍ਰਿਤਸਰ, ਤੇ ਹੁਣ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਲੱਗ ਹੀ ਗਿਆ ਹੋਣਾ ਕਿ ਆਪਾਂ ਕਿੱਥੇ ਆਏ ਆ। ਪੂਰੇ ਅੰਮ੍ਰਿਤਸਰ ਦੇ ਵਿੱਚ ਵੀ ਅੱਜ ਲੋਕਡਾਊਨ ਲੱਗਾ ਹੋਇਆ ਵਾ ਕਿਉਂਕਿ ਸੰਡੇ ਨੂੰ ਲੋਕਡਾਊਨ ਰਹਿੰਦਾ ਵਾ ਪੂਰੇ ਅੰਮ੍ਰਿਤਸਰ 'ਚ ਤੇ ਪੂਰੇ ਪੰਜਾਬ 'ਚ ਵੀ। ਤੇ ਅੱਜ ਆਪਾਂ ਨੂੰ ਇੱਥੇ ਬਹੁਤ ਹੀ ਘੱਟ ਰਸ਼ ਵੀ ਦੇਖਣ ਨੂੰ ਮਿਲ ਰਿਹਾ ਵਾ, ਨਹੀਂ ਤੇ ਅੱਗੇ ਇੱਥੋਂ ਲੰਘਣ ਦੀ ਵੇਲ ਨਹੀਂ ਹੁੰਦੀ। ਬਾਕੀ ਟ੍ਰੈਫਿਕ ਵੀ ਬਹੁਤ ਹੀ ਜ਼ਿਆਦਾ ਘੱਟ ਆ ਅੱਜ। ਆਪਾਂ ਆਪਣੇ ਰਿਲੇਟਿਵਸ ਕੋਲ ਵੀ ਜਾਣਾ ਵਾ ਤੇ ਹੁਣ ਆਪਾਂ ਉਹਨਾਂ ਲਈ ਲੈਣ ਲੱਗਿਆ ਥੋੜਾ ਫਰੂਟ ਕਿਉਂਕਿ ਕਹਿੰਦੇ ਕਿਸੇ ਘਰ ਜਦੋਂ ਜਾਈਦਾ ਖਾਲੀ ਹੱਥ ਨਹੀਂ ਜਾਈਦਾ, ਨਾਲ ਕੁਛ ਲੈ ਕੇ ਜਾਈਦਾ ਵਾ। ਤੇ ਹੁਣ ਆਪਾਂ ਥੋੜਾ ਜਿਹਾ ਖਰੀਦ ਲੈਂਦੇ ਆ ਫਰੂਟ ਤੇ ਵੇਖਦੇ ਆ ਆਪਾਂ ਨੂੰ ਕੀ ਭਾਅ ਮਿਲਦਾ ਆ। ਐਂਡ ਆਓ ਵੇਖਦੇ ਆ ਭਾਈ ਕਿੱਦਾਂ ਲਾਏ ਅੰਬ, ਹੈ ਅੰਬ ਕਿੱਦਾਂ ਲਾਏ, ਜਾ ਜਾ ਲਾ ਯਾਰ ਆ ਕਿੱਦਾਂ ਹੈ, ਸੇਬ ਕਿੱਦਾਂ, ਸੇਬ 300 ਇੰਨੇ ਮਹਿੰਗੇ ਨਾ ਲਾ ਯਾਰ, ਸਸਤੇ ਲਾ ਥੋੜੇ, 2 ਕਿਲੋ ਕਰ ਦੇ ਵੇ, 50 ਰੁਪਏ ਕਿਲੋ ਕਹਿੰਦਾ, ਕਿੰਨੇ ਆ ਕਰਦੇ, 2.25 ਕਿਲੋ। ਬੜਾ ਤਿਆਰ ਹੋਇਆ ਅੱਜ ਇਹ ਆਪਣੀ ਮਾਸੀ ਦਾ ਮੁੰਡਾ, ਕਿੱਦਾਂ ਫਿਰ ਵਧੀਆ ਵਧੀਆ, ਕੀ ਕਰਨ ਦਿਆ, ਕੁਛ ਨਹੀਂ, ਰੰਗ ਬਹੁਤ ਕਾਲਾ ਗਿਆ ਤੇਰਾ, ਹੈ ਚੁੱਕੇ ਆ ਅੰਮ੍ਰਿਤਸਰ ਤੇ ਮਾਸੀ ਦੇ ਘਰ ਆਇਆ ਮਾਸੀ ਦਾ ਮੁੰਡਾ, ਕਿੱਦਾਂ ਫਿਰ ਵਧੀਆ ਵਧੀਆ। ਤੇ ਇਹਨਾਂ ਦੇ ਅੱਜ ਲੈਂਟਰ ਪੈ ਰਿਹਾ ਨਵੇਂ ਘਰ ਦਾ, ਤੇ ਭਾਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ, ਧੰਨਵਾਦ।
दिखाने लेंटर कितना पै रहा इन्हां दे। चलो जी मिलते हैं तुहानू आपां करके खा के सारा कुछ ते बड़े रहो व्लॉग दे नाल। फाइनली अपना खाना आ चुका वा ते हुण आपां तुहाडे नाल करदे आ गलबात पेट पूजा करके ते खाना आपां मंगा लिया थोड़ा ज्यादा इन्ना खादा ते जाना नहीं अपने तो पर फिर भी औखे हो गए खाना ही पैना वा ते मिलते हैं तुहानू आपां खा के। 2000 years later ਆਪਾਂ ਆਪਣੇ ਰਿਲੇਟਿਵਸ ਵੱਲੋਂ ਫ੍ਰੀ ਹੋ ਗਏ ਆ ਤੇ ਹੁਣ ਆਪਾਂ ਜਾਣਾ ਆ ਜੀ ਸ਼੍ਰੀ ਹਰਿਮੰਦਰ ਸਾਹਿਬ ਉੱਥੇ ਆਪਾਂ ਕਰਨੇ ਆ ਦਰਸ਼ਨ ਤੇ ਤੁਹਾਨੂੰ ਵੀ ਕਰਾਉਨੇ ਆ ਆਪਾਂ ਉੱਥੇ ਜਾ ਕੇ ਦਰਸ਼ਨ ਬਣੇ ਰਹੋ ਵਲੌਗ ਦੇ ਨਾਲ ਤੇ ਇੰਜੋਏ ਵੀ ਕਰਦੇ ਰਹੋ ਵਲੌਗ ਨੂੰ ਨਾਲ ਨਾਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਤੇ ਆ ਗਿਆ ਆਪਣੇ ਮਾਸੀ ਦਾ ਮੁੰਡਾ ਪਿੱਛੇ ਕੱਪੜੇ ਕੁੱਪੜੇ ਰੱਖਦਾ ਪਿਆ ਵਾ ਡਿੱਗੀ 'ਚ ਤੇ ਕਰਦੇ ਆ ਤੁਹਾਡੇ ਨਾਲ ਵੀ ਗੱਲਬਾਤ ਤੇ ਬਣੇ ਰਹੋ ਵਲੌਗ ਦੇ ਨਾਲ ਤੇ ਆਓ ਚੱਲਦੇ ਹਾਂ ਆਪਾਂ। ज्यादा गड्डी लगी हुई है अज ते जगह आपां नूं मिल नहीं रही ते मैन लगता हुण आपां नूं तीजे फ्लोर दे उत्ते जाना पैना आ। उधर वेख उधर सामने होनी जगह थोड़ी उपर ही सिक्योरिटी वाले कह रहे हैं कि उत्ते जाओ गड्डी लाओ क्योंकि थले जगह नहीं हैगी ते चलते हैं आपां उतली मंजिल ते। इत्थे भी औखा ही लगता मैनूं आ भी हाथ देई जांदा कहिंदा उत्ते जाओ ਆਪਾਂ ਨੂੰ ਫਾਈਨਲੀ ਜਗ੍ਹਾ ਮਿਲ ਹੀ ਗਈ ਆ ਪਰ ਹੈਗੀ ਤੇ ਭੀੜੀ ਜੀ ਆ ਇੱਥੇ ਲਾ ਕੇ ਜਾਊਗੀ ਸਹੀ ਵਿਸ਼ਮ ਕੋਈ ਲਾਜ ਨਾ ਜੇ ਲਾਗੇ ਆ ਦੇਖ ਥੱਲੇ ਜਾ ਬਾਹਰ ਜਾ ਕੇ ਦੇਖ ਓਏ ਉੱਤਰਿਆ ਬਾਰੀ ਆ ਤੇ ਆਪਾਂ ਗੱਡੀ ਪਾਰਕ ਕਰਕੇ ਥੱਲੇ ਆ ਚੁੱਕੇ ਆ ਤੇ ਰਸ਼ ਬਹੁਤ ਹੀ ਜ਼ਿਆਦਾ ਵਾ ਤੇ ਤੁਹਾਨੂੰ ਵੀ ਦਿਖਾਉਂਦੇ ਆ ਵਿਊ ਤੇ ਸੰਗਤ ਦੇ ਕਰੋ ਦਰਸ਼ਨ। ਇਹ ਆ ਜੀ ਜਲਿਆਂਵਾਲਾ ਬਾਗ ਜਿੱਥੇ ਬਹੁਤ ਹੀ ਵੱਡਾ ਸਾਕਾ ਹੋਇਆ ਸੀ ਬਹੁਤ ਹੀ ਪੁਰਾਣੀ ਜਗ੍ਹਾ ਵਾ ਇਹ ਤੇ ਬਹੁਤ ਹੀ ਜ਼ਿਆਦਾ ਯਾਦਾਂ ਵੀ ਆ ਇਹਦੇ ਨਾਲ ਪੰਜਾਬ ਦੀਆਂ ਤੇ ਤੁਸੀਂ ਸਾਰੇ ਦੇਖ ਸਕਦੇ ਆ ਵਿਊ ਇਹ ਸਾਰਾ ਬਹੁਤ ਹੀ ਜ਼ਿਆਦਾ ਸੰਗਤ ਆਈ ਹੋਈ ਆ ਅੱਜ ਦਰਸ਼ਨ ਕਰਨ ਨੂੰ ਤੇ ਲੋਕਾਂ ਵਿੱਚ ਬਹੁਤ ਹੀ ਜ਼ਿਆਦਾ ਸ਼ਰਧਾ ਭਾਵਨਾ ਦੇਖਣ ਨੂੰ ਮਿਲ ਰਹੀ ਆ ਤੇ ਤੁਸੀਂ ਸਾਰੇ ਜਣੇ ਦੇਖ ਸਕਦੇ ਆ। ਸਿਮਰ ਰਾਮ ਸਿਆਈ ਇਹ ਤੇਰੇ ਕਾਜ ਹੈ ਰਾਮ ਸਿਮਰ ਰਾਮ ਸਿਆਈ ਇਹ ਤੇਰੇ ਕਾਜ ਹੈ ਸਿਮਰ ਰਾਮ ਸਿਆਈ ਇਹ ਤੇਰੇ ਕਾਜ ਹੈ ਬਿਲੋਂਗ ਕਰਦੇ ਸੀ ਹਰਿਆਣਾ ਸੇ ਕਿੱਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਗੋਲਡਨ ਟੈਂਪਲ ਆ ਕੇ ਪਹਿਲੀ ਵਾਰ ਵਿਜ਼ਿਟ ਕੀਤਾ ਕਿ ਪਹਿਲੀ ਵਾਰ ਵਿਜ਼ਿਟ ਨਾਮ ਕੀ ਤੁਹਾਡਾ ਸੰਦੀਪ ਥੈਂਕ ਯੂ ਜੀ ਨਾਮ ਕੀ ਤੁਹਾਡਾ ਕਿੱਥੋਂ ਬਿਲੋਂਗ ਕਰਦੇ ਤੁਸੀਂ ਹਰਿਆਣਾ ਸੇ ਕਿੱਦਾਂ ਦਾ ਫੀਲ ਹੋ ਰਿਹਾ ਗੋਲਡਨ ਟੈਂਪਲ ਪਹਿਲੀ ਵਾਰੀ ਵਿਜ਼ਿਟ ਕੀਤਾ ਆਪਾਂ ਦਰਸ਼ਨ ਕਰਕੇ ਆ ਚੁੱਕੇ ਹਾਂ ਪਾਰਕਿੰਗ ਦੇ ਵਿੱਚ ਤੇ ਹੁਣ ਆਪਾਂ ਆ ਗਏ ਆਪਣੀ ਗੱਡੀ 'ਚ ਤੇ ਹੁਣ ਆਪਾਂ ਜਾਵਾਂਗੇ ਜੀ ਆਪਣੇ ਘਰ ਵੱਲ ਨੂੰ ਤੇ ਰਾਤ ਦੇ 11 ਵੱਜ ਚੁੱਕੇ ਆ ਤੇ ਟਾਈਮ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ ਕਿਉਂਕਿ ਉੱਥੇ ਰਸ਼ ਜ਼ਿਆਦਾ ਸੀ ਅਤੇ ਆਪਾਂ ਨੂੰ ਥੋੜ੍ਹਾ ਜਿਹਾ ਟਾਈਮ ਲੱਗ ਗਿਆ ਮੱਥਾ ਟੇਕਣ ਦੇ ਵਿੱਚ
जे ब्लॉग वधिया लगा वा ये ब्लॉग थोड़ा जा वड्डा होगा ते होप आ के तुहानू सारयां नू वधिया लगा होगा जे वधिया लगा वा लाइक शेयर कमेंट सबसक्राइब जरूर करो चैनल नू ते मिलांगे तुहानू एक होर नवे ब्लॉग दे विच तद तक दे लई धन्नवाद।